ਉਹਨਾਂ ਦੀਆਂ ਸਖ਼ਤ ਹਦਾਇਤਾਂ ਨੇ ਔਰ CP ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ, ਭਾਵੇਂ ਉਹ ਨਸ਼ਾ ਤਸਕਰ ਆ ਜਾਂ ਪੈਡਲਰਸ ਨੇ, ਭਾਵੇਂ ਗੈਂਗਸਟਰਸ ਨੇ, ਵੀ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ ਅਲੱਗ ਟੀਮਸ ਨੇ 3 ਕੇਸਿਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ, ਜਿਹਨੂੰ ਕਿ ਸੁਪਰਵਾਈਜ਼ SP ਸਾਡੇ 3 ਨੇ, ਨਵਜੋਤ ਸਿੰਘ ਸੰਧੂ 2 ਕੇਸ ਇਹਨਾਂ ਦੀ ਸੁਪਰਵੀਜ਼ਨ ਸੀ, ਨਾਲ ਇਹਨਾਂ ਦੇ ਗੁਰਿੰਦਰਵੀਰ ACP ਵੈਸਟ ਨੇ ਔਰ SHO ਨੇ। ਔਰ ਇਸੇ ਤਰ੍ਹਾਂ ਜਿਹੜੇ 1 ਕੇਸ ਹੈਗਾ ADCP City 2 ਅਭਿਮਨਿਊ ਰਾਣਾ ਜੀ, ਜਿਹੜੇ IPS ਔਫਿਸਰ ਨੇ, ਔਰ ਉਹਨਾਂ ਦੇ DSP ਅਤੇ ਉਹਨਾਂ ਦੇ SHOs ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ। ਇੱਕ ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਿਸ ਦਾ ਦੱਸ ਦਿੰਦਾ ਵੀ ਇੱਕ ਵਾਰਦਾਤ ਹੋਈ ਸੀ 9/7/24 ਨੂੰ। ਇੱਕ ਜਿਹੜਾ ਮਦਈ ਆ ਹਰਪ੍ਰੀਤ ਸਿੰਘ, ਉਹਨੂੰ ਕਿਸੇ ਅਨਨੋਨ ਜਗ੍ਹਾ 'ਤੇ ਬੁਲਾ ਕੇ OLX 'ਤੇ ਉਹਨਾਂ ਦਾ ਫੋਨ ਵੇਚਣ 'ਤੇ ਰਿਲੇਟਡ ਗੱਲਬਾਤ ਚੱਲ ਰਹੀ ਸੀ, ਉਹਨੂੰ ਇੱਕ ਜਗ੍ਹਾ 'ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ, ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟੋਪ ਖੋਹ ਕੇ ਲੈ ਗਏ ਸੀ। ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ, ਬੜੇ ਸਾਇੰਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ। ਜਿਹੜੇ 4 ਦੇ 4 ਬੰਦੇ ਸੀ, ਇਹ ਰਾਜਪਾਲ ਸਿੰਘ ਉਰਫ ਰਾਜਾ ਆ, ਇਹ ਸ਼ੈਟਾ ਦਾ ਰਹਿਣ ਵਾਲਾ ਆ, ਰੋਬਿਨ ਉਰਫ ਰੋਬਿਨ ਆ, ਇਹ ਸੰਧੂ ਪ੍ਰੋਪਰਟੀ ਡੀਲਰ ਦੇ ਨੇੜੇ ਰਹਿੰਦਾ ਆ, ਇਹ ਵੀ ਸ਼ੈਟੇ ਦਾ ਆ, ਔਰ ਸੁਮਿਤ ਸ਼ਰਮਾ ਆ, ਇਹ ਵੀ ਸ਼ੈਟੇ ਦਾ ਆ, ਲੱਕੀ ਪੁੱਤਰ ਗੋਰਾ ਇਹ ਵੀ ਸ਼ੈਟੇ ਦਾ ਆ। ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਟਲ ਔਰ ਜਿਹੜਾ ਵਰਤਿਆ ਰੌਂਦ ਉਹ ਬਰਾਮਦ ਕੀਤਾ, ਔਰ ਬੜੀ ਬਿਲਕੁਲ ਥੋੜ੍ਹੇ ਦਿਨਾਂ ਦੇ ਵਿੱਚ ਇਹ ਇੱਦਾਂ ਦਾ ਸੈਂਸੇਸ਼ਨਲ ਕ੍ਰਾਈਮ ਉਹਨੂੰ ਟਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ। ਔਰ ਦੂਸਰਾ ਕੇਸ ਇਸੇ ਤਰ੍ਹਾਂ ਇਹਨਾਂ ਦਾ NDPS ਦਾ ਆ, ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਔਫਿਸਰ ਨੇ SHO ਸਾਹਿਬ ਔਰ ACP ਸਾਹਿਬ ਦੀ ਲਈ ਆ। ਇਮਰਾਨ ਖਾਨ ਪੁੱਤਰ ਨਰਿਆਲੀ ਹੁਸੈਨ, ਪਿੰਡ ਨਰਿਆਲੀ ਹੁਸੈਨ, ਬਰੇਲੀ ਦਾ ਰਹਿਣ ਵਾਲਾ, ਉੱਥੋਂ ਇਹ 1 ਕਿਲੋ ਅਤੇ 595 ਗ੍ਰਾਮ ਆਲਮੋਸਟ 1.5 ਕਿਲੋ ਦੇ ਲਾਗੇ ਓਪੀਅਮ ਅਫੀਮ ਲੈ ਕੇ ਆਇਆ ਸੀ, ਔਰ ਉਹਨੂੰ ਸਾਡੀ ਟੀਮ ਨੇ, ਕਿਉਂਕਿ ਪੁਲਿਸ ਦੀ ਮੁਸਤੈਦੀ ਆ, ਦੌਰਾਨੇ ਗਸ਼ਤ ਨੂੰ ਇਹਨੂੰ ਚੈੱਕ ਕੀਤਾ ਅਤੇ ਇਹਦੇ ਕੋਲੋਂ ਇਹ ਓਪੀਅਮ ਬਰਾਮਦ ਕੀਤੀ ਆ, ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ, ਇਹਦਾ ਰਿਮਾਂਡ ਲਿਆ ਜਾਏਗਾ, ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਐਗਜੈਕਟ ਉੱਥੋਂ ਕਿਹਦੇ ਕੋਲ ਲੈ ਕੇ ਆਇਆ ਔਰ ਇੱਥੇ ਇਹਨੇ ਕਿਹਨੂੰ ਸਪਲਾਈ ਕਰਨੀ ਸੀ। ਇਸੇ ਤਰ੍ਹਾਂ ਹੀ ਜਿਹੜਾ 3rd ਕੇਸ ਹੈਗਾ, ਇਹ 118 ਨੰਬਰ ਮੁਕੱਦਮਾ 7/7/24 ਨੂੰ 111 BNS ਔਰਗੇਨਾਈਜ਼ ਕ੍ਰਾਈਮ ਸਿੰਡੀਕੇਟ BNS ਦੇ ਤਹਿਤ ਦਿੱਤਾ ਗਿਆ ਸੀ, ਨਾਲ ਆਰਮਜ਼ ਐਕਟ ਲਗਾਇਆ ਗਿਆ ਸੀ, ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ 5 ਦੋਸ਼ੀ ਅਰੈਸਟ ਕੀਤੇ ਸੀ ਔਰ 2 ਪਿਸਟਲ ਰਿਕਵਰ ਕੀਤੇ ਸੀ। ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਂ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾ ਆ ਇਹ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ, ਔਰ ਇਹਨਾਂ ਨੇ ਉਹਨੂੰ ਫੜਨ 'ਚ ਕਾਮਯਾਬੀ ਹਾਸਿਲ ਕੀਤੀ ਮੇਨ ਸਰਗਨੇ ਨੂੰ। ਜਦੋਂ ਉਹਨੂੰ ਫੜਿਆ ਤਾਂ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਬਿੰਦ ਪੁੱਤਰ ਸ਼ਿਵ ਕੁਮਾਰ ਆ, ਹਿਮਾਚਲ ਦਾ ਰਹਿਣ ਵਾਲਾ, ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਆ। ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ, ਉੱਥੋਂ ਇਹਦੇ ਨਾਲਾਗੜ੍ਹ ਦੇ ਲਾਗੋਂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ।
ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ 'ਚ ਬੜੇ ਖੁਲਾਸੇ ਹੋਣ ਦੀ ਆਸ ਆ ਕਿਉਂਕਿ ਕੁਛ ਵੈਪਨ ਇਹਨਾਂ ਨੇ ਕਿਉਂਕਿ ਜਿੱਦਾਂ ਔਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਅਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖੁਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਦੇਖੋ ਇਹ 45 ਈਅਰ ਓਲਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21-22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਹਾਂ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਵਰਗਲਾਇਆ ਪਲੱਸ ਫਿਰ ਇਹ ਆ ਵੀ ਕੁਛ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋਹ ਵੀ ਹੋਊਗੀ ਸਨੈਚਿੰਗ ਵੀ ਹੋਊਗੀ ਅਤੇ ਪਲੱਸ ਥੋੜ੍ਹਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲੈਨਿੰਗ ਸੀ ਇਹਨਾਂ ਦੇ ਦੋ ਜਣੇ ਹੈ ਜੀ ਜਿਹਨਾਂ 'ਤੇ ਅੱਗੇ ਔਲਰੇਡੀ ਮੁਕੱਦਮੇ ਦਰਜ ਨੇ ਇਹ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ 'ਤੇ 6 ਮੁਕੱਦਮੇ ਨੇ ਨਿਖਿਲ ਸ਼ਰਮਾ 'ਤੇ 2 ਨੇ ਮੋਹਣੀ 'ਤੇ ਵੀ 2 ਨੇ ਫਿਲਹਾਲ ਨਹੀਂ ਹਾਲੇ ਆਇਆ ਜੀ ਅਜੇ ਪਰ ਇੱਕ ਅਗਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਅਤੇ ਚੱਲ ਰਹੀ ਆ ਜਿੱਦਾਂ ਹੁਣ ਰੀਸੈਂਟਲੀ ਆ ਬੰਦਾ ਤਾਂ ਅੱਜ ਹੀ ਲਿਆਂਦਾ ਹਿਮਾਚਲ ਵਾਲਾ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਅਜੇ ਪ੍ਰੀਲਿਮਨਰੀ 'ਚ ਤਾਂ ਇਹਨੇ ਇਹੀ ਦੱਸਿਆ ਜੀ ਵੀ ਕਿਉਂਕਿ ਇਹਦੀ ਅਜੇ ਤੱਕ ਹੋਰ ਬੈਕਗਰਾਊਂਡ ਤਾਂ ਕ੍ਰਿਮੀਨਲ ਨਹੀਂ ਆਈ ਵੀ ਕੋਈ ਇੱਥੇ NDPS ਦਾ ਮੁਕੱਦਮਾ ਦਰਜ ਹੋਵੇ ਹਾਲੇ ਤਾਂ ਮਤਲਬ ਰਿਮਾਂਡ 'ਤੇ ਆ ਫਰਦਰ ਆਪਾਂ ਨੂੰ ਇਹ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਨਾਲ ਇਮਰਾਨ ਖਾਨ ਤਾਂ ਵੈਸੇ ਬੇਸਿਕਲੀ ਵਿਹਲਾ ਟਾਈਪ ਹਾਂ ਛੱਲੀਆਂ ਦੀ ਰੇਹੜੀ ਨਿੱਕੀ ਮੋਟੀ ਲੇਬਰ ਟਾਈਪ ਹਾਲੇ ਕੁਛ ਨਹੀਂ ਜੀ ਹਾਲੇ ਤਾਂ ਤੁਹਾਨੂੰ ਦੱਸਿਆ ਨਾ ਵੀ ਜੇ ਪੁਲਿਸ ਦੀ ਮੁਸਤੈਦੀ ਸੀ ਵੀ ਫੜ ਲਿਆ ਇਹਨੂੰ ਮੌਕੇ 'ਤੇ ਹੁਣ ਚੈੱਕ ਕਰਦੇ ਹਾਂ ਫਰਦਰ ਇਹਨੇ ਕਿੱਥੇ ਜਾਣਾ ਹਾਲੇ ਹੁਣ ਰਿਮਾਂਡ ਲੈ ਕੇ ਕਲੀਅਰ ਕਰਾਂਗੇ ਇਸ ਗੱਲ ਨੂੰ ਬਾਰਡਰ ਬੈਲਟ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਤਾਂ ਬੜੇ ਬੜੇ ਕਈ ਐਂਗਲਸ 'ਤੇ ਹੀ ਇੱਥੇ ਚੱਲ ਰਿਹਾ ਔਰ ਉਹਨੂੰ ਜ਼ਰੂਰ ਹਰੇਕ ਡੈਪਥ 'ਚ ਦੇਖਾਂਗੇ ਦੇਖੋ ਜੀ ਇਹ ਬੇਸਿਕਲੀ ਮੇਰੇ ਆਂਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਅਸੀਂ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋਈ ਰੈਲੀਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਹਾਂ ਤਾਂ ਸਾਡੀ ਪੂਰੀ ਕੋਆਪਰੇਸ਼ਨ ਆ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਦੇਖੋ ਇਹ ਤਾਂ ਚਲੋ ਜੀ ਟਰਾਇਲ ਦਾ ਇਸ਼ੂ ਹੈਗਾ ਆ ਟਰਾਇਲ ਦੇ ਵਿੱਚ ਸਾਡੇ ਤਾਂ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹੋ ਜਿਹੀ ਗੱਲ ਨੂੰ ਵੀ ਧਿਆਨ 'ਚ ਰੱਖਿਆ ਜੀ ਕਿਹਦੇ ਵਿੱਚ ਜਿਹੜੇ ਇਸ ਕੇਸ ਦੇ ਵਿੱਚ ਆਈ ਟੀ ਆਈ ਦਾ ਹਾਂਜੀ ਅਲੱਗ ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਆਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ਲੀ ਬੈਨੀਫਿਟ ਜੇ ਲੁੱਟਖੋ ਹੋਊਗੀ ਤਾਂ ਵੀ ਉਹ 'ਚ ਪੈਸੇ ਬਚਣਗੇ ਜੇ ਵੈਪਨ ਵਿਗੜੂਗਾ ਤਾਂ ਵੀ ਬਚਣਗੇ ਅਤੇ ਜਿਹੜਾ ਜੋ ਅੱਜ ਕੱਲ੍ਹ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਆ ਵੀ ਹਾਰਡ ਵਰਕ ਛੱਡ ਕੇ
ਤੇ ਫਲੈਸ਼ੀ ਲਾਈਫ ਸਟਾਈਲ ਦਿਖਾਉਣੀ। ਨਿਕਲ ਦੇ ਨਹੀਂ, ਮੇਰੇ ਹਾਲੇ ਫਿਲਹਾਲ ਇਹ ਨੋਟਿਸ 'ਚ ਨਹੀਂ, ਦੇਖ ਲੈਂਦੇ ਹੋ ਸਕਦਾ ਹੋਣਗੇ। ਨਹੀਂ, ਕੇਸਿਸ ਤਾਂ ਇਹਨਾਂ ਦੇ ਜ਼ਿਆਦਾ ਅੰਮ੍ਰਿਤਸਰ ਦੇ ਹੀ ਆ ਜੀ, ਸਦਰ ਦੇ ਆ, ਇਸਲਾਮਾਬਾਦ ਦੇ ਆ, ਜਿੰਨੇ ਮਤਲਬ ਜਿਹੜੇ 379 ਵੀ ਆ, 336 ਆ, 25 ਆਮ ਰੇਟ, ਮਤਲਬ ਆਲਮੋਸਟ ਕਮਿਸ਼ਨਰੇਟ ਦੇ ਅੰਦਰ ਅੰਦਰ ਹੀ ਆ। ਪਿਸਟਲ ਜਿਹੜਾ ਇਹਦੇ, ਇਹ ਜਿਹੜੇ ਆਹ ਵਾਲੇ ਸਾਡੇ ਵਾਲੇ ਦਾ MP ਇੰਦੌਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜੀ। ਨਹੀਂ, ਇਹ ਤਾਂ ਠੀਕ ਆ ਜੀ, ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ, ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ, ਤਾਂ ਮਤਲਬ ਇਹਦਾ ਇੱਕ ਕਲੈਕਟਿਵ ਰਿਸਪੋਂਸੀਬਿਲਟੀ ਆ, ਜਿੱਥੇ ਪੁਲਿਸ ਦਾ ਰੋਲ ਆ, ਉੱਥੇ ਹੀ ਸਾਡੀ ਸੁਸਾਇਟੀ ਦਾ ਰੋਲ ਆ, ਪੇਰੈਂਟਸ ਦਾ ਵੀ ਰੋਲ ਆ, ਪ੍ਰੈਸ ਦਾ ਵੀ ਰੋਲ ਆ, ਇਹ ਤਾਂ ਕਲੈਕਟਿਵ ਰਿਸਪੋਂਸੀਬਿਲਟੀ ਵਾਲੀ ਗੱਲ। ਠੀਕ ਹੈ ਜੀ, ਕ੍ਰਿਮੀਨਲ ਜੀ। ਹਾਂਜੀ, ਸੰਜੀਵ ਦੇ, ਹਾਂਜੀ ਹਾਂਜੀ, ਨਹੀਂ ਕ੍ਰਿਮੀਨਲ ਹੀ ਹੈ ਜੀ, ਇਹਦੀ ਬੈਕਗ੍ਰਾਊਂਡ ਕ੍ਰਿਮੀਨਲ ਹੀ ਹੈ, ਮਤਲਬ ਆਹੀ ਕੁਛ ਨੇ ਜੀ, ਜਿਹੜਾ ਕੰਮ ਕਰਨ ਵਾਲਾ ਉਹ ਆਹ ਕੰਮ ਕਰਦਾ। ਥੈਂਕ ਯੂ।